ਸਰਜੀਤ ਚੰਨੀ ਸਾਹਿਬ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਉਹ ਰਿਜ਼ਰਵ ਸੀਟ ਹੈ। ਮੈਂ ਉਹਨਾਂ ਨੂੰ ਕਹਿਣਾ ਉਹ ਆ ਜਾਣ ਧੂਰੀ ਆ ਜਾਣ ਵੈਲਕਮ। ਮੈਂ ਰਿਜ਼ਰਵ ਸੀਟ ਚਮਕੌਰ ਸਾਹਿਬ ਤੋਂ ਕਿਵੇਂ ਲੜ ਸਕਦਾ, ਨਾ ਹੀ ਕੇਜਰੀਵਾਲ ਸਾਹਿਬ ਲੜ ਸਕਦੇ। ਜੇ ਉਹਨਾਂ ਨੂੰ ਮੇਰੇ ਨਾਲ ਲੜਨ ਦਾ ਸ਼ੌਕ ਹੈ ਚਾਹ ਕੋਈ ਗੱਲ ਨਹੀਂ, ਡੈਮੋਕ੍ਰੇਸੀ ਹੈ, ਜੋ ਧੂਰੀ ਆਉਣ ਤੇ ਆਪਾਂ ਦੇਖ ਲਾਂਗੇ। ਪੰਜਾਬ ਦਾ ਪਾਣੀ ਪੰਜਾਬ ਦਾ ਭਾਈ, ਥੋੜਾ ਪੰਜਾਬ ਕੋਲੇ ਪਾਣੀ ਹੈ ਹੀ ਨਹੀਂ, ਈਵਨ ਨਾ ਪੀਣ ਵਾਲਾ ਰਿਹਾ ਨਾ ਸਾਲਾ ਸਾਡਾ ਧਰਤੀ ਵਾਲਾ ਪਾਣੀ ਜਿਹੜਾ ਰਾਜਸਥਾਨ ਨੂੰ ਵੀ ਜਾ ਰਿਹਾ। ਇੱਕ ਮਿੰਟ ਮੈਨੂੰ ਬੋਲਣ ਦਿਓ। ਹਾਂ, ਸਾਡਾ ਪੰਜਾਬ ਦਾ ਜਿਹੜਾ ਧਰਤੀ ਵਾਲਾ ਪਾਣੀ ਵੀ ਖਤਮ ਕਰ ਲਿਆ। ਕਿਹਾ ਜਾਂਦਾ ਕਿ ਮਾਲਵਾ ਖੇਤਰ ਸਾਡਾ ਜਿਹੜਾ ਉਹ ਆਉਣ ਵਾਲੇ ਕੁਝ ਸਾਲਾਂ 'ਚ ਰੇਗਿਸਤਾਨ ਬਣ ਸਕਦਾ। ਸਾਡਾ ਤਾਂ ਅੱਖਾਂ ਦਾ ਪਾਣੀ ਵੀ ਰੋ ਰੋ ਕੇ ਖਤਮ ਹੋ ਗਿਆ। ਡਰੱਗ ਦੇ ਵਿੱਚ ਮਾਰੇ ਗਏ, ਗਰੀਬੀ ਨੇ ਮਾਰਤੇ, ਮਹਿੰਗਾਈ ਨੇ ਮਾਰਤੇ, ਬੇਰੁਜ਼ਗਾਰੀ ਨੇ ਮਾਰਤੇ। ਸੋ ਪੰਜਾਬ ਕੋਲ ਪਾਣੀ ਹੈ ਹੀ ਨਹੀਂ, ਤਾਂ ਪੰਜਾਬ ਦਾ ਪਾਣੀ ਪੰਜਾਬ ਕੋਲ। ਉਹਨਾਂ ਦੀ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ। ਜਦੋਂ ਹੀ ਜਿਹੜਾ ਕਾਨੂੰਨੀ ਪ੍ਰਕਿਰਿਆ ਪੂਰੀ ਹੋਈ ਫੈਸਲਾ ਹੋ ਜਾਊਗਾ। ਦੇਖੋ, ਲੀਕੇਜ ਬੰਦ ਕਰਾਂਗੇ, ਮਾਫੀਆ ਲੀਕੇਜ ਜਿਹੜੀ ਹੈ ਉਹ ਬੰਦ ਕਰਕੇ ਕਰਜ਼ੇ ਵੱਲ ਜਿਹੜਾ ਖਜ਼ਾਨੇ ਵੱਲ ਉਹਦਾ ਮੂੰਹ ਕਰ ਦਾਂਗੇ। ਖਜ਼ਾਨਾ ਵੀ ਭਰੂ, ਸਹੂਲਤਾਂ ਵੀ ਦੇਵਾਂਗੇ ਦਿੱਲੀ ਵਾਂਗੂ। ਜੋ ਜ਼ਿੰਮੇਦਾਰੀ, ਜੋ ਵਿਸ਼ਵਾਸ ਪੰਜਾਬ ਦੇ ਲੋਕਾਂ ਨੇ, ਪਾਰਟੀ ਨੇ, ਅਰਵਿੰਦ ਕੇਜਰੀਵਾਲ ਜੀ ਨੇ ਮੇਰੇ 'ਚ ਪ੍ਰਗਟ ਕੀਤਾ ਹੈ, ਮੈਂ ਉਹ ਵਿਸ਼ਵਾਸ 'ਤੇ ਪੂਰਾ ਉਤਰਨ ਲਈ ਮੈਂ ਅੱਜ ਦਰਬਾਰ ਸਾਹਿਬ ਆਇਆ। ਨਤਮਸਤਕ ਹੋਣ, ਆਸ਼ੀਰਵਾਦ ਲੈਣ ਕਿ ਪਰਮਾਤਮਾ ਜਿਸ ਲੜਾਈ ਨੂੰ ਅਸੀਂ ਲੜ ਰਹੇ ਹਾਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਦੀ, ਉਹਦੇ ਵਿੱਚ ਉਸ ਲੜਾਈ 'ਚ ਸਾਨੂੰ ਸਮਤ ਬਖਸ਼ੇ, ਬਲ ਬਖਸ਼ੇ, ਅੰਗ ਅੰਗ ਸਹਾਈ ਹੋਵੇ। ਸੋ ਇਹੀ ਅਰਦਾਸ ਕੀਤੀ ਹੈ ਕਿ ਪੰਜਾਬ ਦੇ ਭਲੇ ਦੀ ਅਰਦਾਸ ਕੀਤੀ ਹੈ, ਖੁਸ਼ਹਾਲ ਪੰਜਾਬ ਸਾਨੂੰ ਆਉਣ ਵਾਲੇ ਦਿਨਾਂ 'ਚ ਦੇਖਣ ਨੂੰ ਮਿਲੇ, ਇਹੀ ਅਰਦਾਸ ਕੀਤੀ ਹੈ ਤੇ ਗੁਰੂਆਂ ਤੋਂ ਆਸ਼ੀਰਵਾਦ ਲਿਆ। ਚਰਨਜੀਤ ਚੰਨੀ ਸਾਹਿਬ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਉਹ ਰਿਜ਼ਰਵ ਸੀਟ ਹੈ। ਮੈਂ ਉਹਨਾਂ ਨੂੰ ਕਹਿਣਾ ਉਹ ਆ ਜਾਣ ਧੂਰੀ ਆ ਜਾਣ ਵੈਲਕਮ। ਮੈਂ ਰਿਜ਼ਰਵ ਸੀਟ ਚਮਕੌਰ ਸਾਹਿਬ ਤੋਂ ਕਿਵੇਂ ਲੜ ਸਕਦਾ, ਨਾ ਹੀ ਕੇਜਰੀਵਾਲ ਸਾਹਿਬ ਲੜ ਸਕਦੇ। ਜੇ ਉਹਨਾਂ ਨੂੰ ਮੇਰੇ ਨਾਲ ਲੜਨ ਦਾ ਸ਼ੌਕ ਹੈ ਚਾਹ ਕੋਈ ਗੱਲ ਨਹੀਂ, ਡੈਮੋਕ੍ਰੇਸੀ ਹੈ, ਜੋ ਧੂਰੀ ਆਉਣ ਤੇ ਆਪਾਂ ਦੇਖ ਲਾਂਗੇ। ਰਾਜਨੀਤੀ ਗੱਲਾਂ ਕਰਦੇ ਫੇਰ ਬਹੁਤ ਵਧੀਆ, ਲੋਕਾਂ ਨੂੰ ਇਹ ਲੱਗ ਰਿਹਾ, ਲੋਕਾਂ ਨੂੰ ਇਹ ਲੱਗ ਰਿਹਾ ਕਿ ਸਾਡਾ ਮੁੰਡਾ ਹੈ, ਸਾਡਾ ਭਾਈ ਹੈ, ਸਾਡਾ ਪੋਤਾ ਹੈ। ਕਾਂਗਰਸ ਆਪਣੀ ਦਿੱਲੀ ਦੇ ਵਜੂਦ ਦੇਖ ਲੈ, ਇੱਧਰ ਜ਼ਿਆਦਾ ਇਨਫੋਰਮੇਸ਼ਨ ਹੈ, ਜੀ ਜ਼ੀਰੋ ਵਿੱਚ ਵੀ ਜਾਂ ਬਾਹਰ ਵਿੱਚ ਵੀ ਕਹਿਣ ਦਾ ਹੱਕ ਨਹੀਂ। ਅੱਜ ਸ਼ਾਂਤੀ ਰੱਖੋ, ਅੱਜ ਸ੍ਰੀ ਦਰਬਾਰ ਸਾਹਿਬ ਲਾ ਰਿਹਾ ਯਾਰ, ਨਤਮਸਤਕ ਹੋਣ ਆਏ ਆ। ਆਮ ਆਦਮੀ ਪਾਰਟੀ ਨੇ, ਅਰਵਿੰਦ ਕੇਜਰੀਵਾਲ ਜੀ ਨੇ, ਉਹਨਾਂ ਸਕੀਮਾਂ ਨੇ, ਲੱਖਾਂ ਦੀ ਗਿਣਤੀ 'ਚ ਲੋਕਾਂ ਨੇ ਜੋ ਮੇਰੇ 'ਤੇ ਵਿਸ਼ਵਾਸ ਪ੍ਰਗਟ ਕੀਤਾ ਹੈ, ਜੋ ਮੈਨੂੰ ਹੌਸਲਾ ਦਿੱਤਾ ਹੈ, ਉਹਦੇ ਵਾਸਤੇ ਮੈਂ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਇਆ। ਇਹੀ ਅਰਦਾਸ ਕੀਤੀ ਹੈ ਕਿ ਪਰਮਾਤਮਾ ਸਾਨੂੰ ਸਮਤ ਬਖਸ਼ੇ, ਬਲ ਬਖਸ਼ੇ। ਜਿਹੜੀ ਲੜਾਈ ਅਸੀਂ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਦੀ ਲੜ ਰਹੇ ਹਾਂ, ਉਹਦੇ 'ਚ ਸਾਨੂੰ ਜਿੱਤ ਬਖਸ਼ੇ। ਠੀਕ ਹੈ, ਆ ਜਾ, ਅਰਦਾਸ ਕੀਤੀ ਹੈ, ਠੀਕ ਹੈ, ਪੰਜਾਬ ਦੀ ਭਲਾਈ ਦੀ ਅਰਦਾਸ ਕੀਤੀ ਹੈ, ਕਿਉਂਕਿ ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ। ਸੋ ਅਰਦਾਸ ਕੀਤੀ ਹੈ ਕਿ ਅਮਨ ਸ਼ਾਂਤੀ ਭਾਈਚਾਰਾ ਬਣਿਆ ਰਹੇ,
पंजाब तरक्कियां करे और जो जिम्मेवारी साड़ी परमात्मा वालों लाई जाऊगी लोगों वालों लाई जाऊगी क्योंकि लोगों च परमात्मा असी उन्हें तनदेही नभावे और जो भी जिन्ना साढ़े को साधन असं पंजाब के लोगों को घर घर जाके कुंडा खड़कावे सारे असी जे रोडमैप ने सारा जो विजन है वह लिखती रूप के भी बकायदा तौर पर तुम देवे ताकि असी पंजाब दोबारे पंजाब बनाना है सू लंडन कैलीफोर्निया सब तो पहली गलत है कि जो पंजाब पंजाब बनाना है तो पंजाबी बोलते इलाके जिस तरह मेरे बिल्कुल बिल्कुल एक सैकंड राजस्थान धरती पानी भी खत्म कर लिया कहा जाता है कि मालवा खेत्र कुछ साल रेगिस्तान बन सकता है साढ़े तो अखा का पानी भी रो रो के खत्म हो गया ड्रग के मारे गए गरीबी ने मारते महंगाई ने मारते बेरोजगारी ने मारते सो पंजाब को पानी है ही नहीं तो पंजाब का पानी पंजाब को कानूनी प्रक्रिया चल रही है जदों ही जो कानूनी प्रक्रिया पूरी हुई फैसला हो जाएगा सीएम साहब ने चमकौर साहब इलेक्शन लड़ने सीएम साहब ने पता नहीं है कि मैं जनरल चो मैं चमकौर साहब रिजर्व सीट तो लड़ नहीं सकता जो उन्होंने मेरे विरुद्ध लड़न का चाह है वो धूरी आ जाए मान साहब मान साहब भाजपा ने टिकट अनाउंस की और कहते हैं परिवर्तन असी लेके आ रहे हैं मान साहब समझ देखो बीजेपी ने जो देश दे विच नफरत की राजनीति की है उन्होंने पसंद नहीं करते लोग खास तौर पर पंजाब की भाईचारक सांझ तो बहुत ही जबरदस्त है बहुत ही मजबूत है सोशल बॉन्डिंग मजबूत है सो बीजेपी भाजपा बीजेपी जी आम आदमी पार्टी है उसनों भाजपा का बी टीम कहा जा रहा औजला साहब ने भी कहा है तो ओ पी सोनी साहब ने भी कल कहा कि जी आम आदमी पार्टी है वह बी टीम वजो काम कर रही है सुन लो एक पास सीएम का चेहरा अनाउंस होंगे आम आदमी पार्टी का दूजे पास रेडा होंदिया ने देखो भाजपा वाले कहते कांग्रेस की बी टीम है कांग्रेस वाले कहते हैं बीजेपी की बी टीम है असी किसी की बी सी टीम नहीं आम आदमी पार्टी पंजाब के पौने 3 करोड़ लोगों की ए टीम है लोगों की पार्टी लोगों चो निकली हुई है हूँ तक वो कहते सीएम का चेहरा क्यों डिकलेयर करते सीएम का चेहरा क्यों डिकलेयर करते असी तो करता हूँ उन्होंने तो मान साहब पंजाब करजाई है पंजाब करजाई है 3 लाख करोड़ का खर्चा ही है पंजाब नूं फिर भी जिहड़े लोकां नूं गप्पे दित्ते जा रहे हैं 1000 रुपया इदां दित्ता रहूगा जी फलानी चीज दित्ती है जी जिहड़ियां गरंटियां ने उह कित्थों देवांगे जिहड़ा पंजाब ही आप खर्चा ही है जी पहली गल तां 3 लाख करोड़ का खर्चा है वह करजा लग्या कित्थे है वो कर्जा गया किधर ना तो कोई पिछले 20 साल कोई स्कूल बनाया नवा ना किसी को सरकारी नौकरी दिती है ना कोई सड़क बनाई है जिसे टोल प्लाजा ना हो ना कोई हस्पताल बनाया है तो कर्जा किधर गया वो कर्जा महल बने ने इन्होंने जोड़े बने ने बड़े बड़े होटल इन्होंने जोड़े शॉपिंग प्लाजे इन्होंने बड़ी बड़ी गड्डिया इन्होंने ट्रांसपोर्ट फ्लीटा देखो लीकेज बंद करा माफिया लीकेज जी है वो बंद करके करजे वाल जरा खजाने वालों का मूँह कर देंगे खजाना भी भरू सहूलत भी देवे दिल्ली वागू दिल्ली दिल्ली ने 1 रुपया भी करजा नहीं चढ़न दिता सहूलत चल रही देश दुनिया की हर वड्डी खबर नाल जुड़े रहने लई साडे YouTube चैनल नू सब्सक्राइब करो नाल दी नाल हर नवी वीडियो दी नोटिफिकेशन लई बैल आइकन जरूर दबाओ जेकर तुसी ये वीडियो Facebook ते देख रहे हो तो इस नू लाइक जरूर करो और ज्यादा तो ज्यादा शेयर भी करो धन्यवाद।